ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਜੋ ਅੱਜ ਦਾ ਅਖਬਾਰ ਪੜ੍ਹਿਆ ਉਹਦੇ ਵਿੱਚ ਕਿਰਪਾਲ ਸਿੰਘ ਜੀ ਬਡੂਗਰ ਵੱਲੋਂ ਬਾਬਾ ਭਾਈ ਰੂਪ ਚੰਦ ਜੀ ਦੀ ਜ਼ਮੀਨ ਦੇ ਮਸਲੇ 'ਤੇ, ਜਿਹੜਾ 161 ਕਿੱਲੇ 3 ਮਰਲੇ ਦਾ ਮਸਲਾ ਹੈ, ਉਹਦੇ 'ਤੇ ਖਬਰ ਲੱਗੀ ਹੈ। ਉਹ ਖਬਰ ਨੂੰ ਪੜ੍ਹ ਕੇ ਬੜਾ ਦੁੱਖ ਹੋਇਆ ਕਿ ਜਿਹੜੀ ਸ਼੍ਰੋਮਣੀ ਕਮੇਟੀ ਹੈ, ਚਾਹੇ ਉਹ ਪ੍ਰਧਾਨ ਸਾਹਿਬਾਨ ਨੇ, ਮਾਫ਼ ਕਰਨਾ, ਚਾਹੇ ਉਹ 50 ਤਖਤਾਂ ਦੇ ਜਥੇਦਾਰ ਸਾਹਿਬਾਨ ਨੇ, ਸਾਰਿਆਂ ਨੇ, ਮੈਨੂੰ ਤਾਂ ਇਹਨਾਂ ਦੀ ਇੱਕੋ ਗੱਲ ਲੱਗਦੀ ਹੈ, ਕਿਉਂਕਿ ਅਸੀਂ ਤਕਰੀਬਨ ਜੋ ਸਾਡੇ ਨਾਲ ਧੱਕਾ ਹੋਇਆ, 50 ਤਖਤਾਂ ਦੇ ਜਥੇਦਾਰਾਂ ਨੂੰ ਅਸੀਂ ਚਿੱਠੀਆਂ ਪਾ ਚੁੱਕੇ ਹਾਂ, ਸਾਡੀ ਕੋਈ ਸੁਣਵਾਈ ਨਹੀਂ ਹੋਈ। ਕਿਉਂ ਉਹ ਚਿੱਠੀਆਂ ਅਸੀਂ ਇਸ ਕਰਕੇ ਪਾਈਆਂ ਕਿ ਜਿਹੜਾ ਇਹ ਜ਼ਮੀਨ ਦਾ ਮਸਲਾ, ਉਸ ਮਸਲੇ ਦੇ ਉੱਤੇ ਹੀ ਸਾਡੇ 'ਤੇ ਝੂਠੇ ਪਰਚੇ ਪਾਏ ਗਏ ਨੇ। ਮੈਂ ਗੱਲ ਕਰਾਂ, ਸਭ ਤੋਂ ਪਹਿਲਾਂ ਭਾਈ ਜਗਪਾਲ ਸਿੰਘ ਜੀ ਦਾਤੇਵਾਸ ਦਾ, ਜਿਹੜਾ ਤਲਵੰਡੀ ਸਾਬੋ ਦਾ ਮੈਨੇਜਰ ਹੈ, ਉਹਨੇ 15/4/2014 ਨੂੰ ਇੱਕ ਸਾਡੇ 'ਤੇ ਪਰਚਾ ਪੁਆਇਆ ਜੌਂ ਚੋਰੀ ਦਾ। ਮੈਂ ਇੱਕ ਇੱਥੇ ਸਵਾਲ ਖੜ੍ਹਾ ਕਰਦਾ ਉਹਨੂੰ ਕਿ ਜੇ ਤੁਹਾਡੀ ਜ਼ਮੀਨ ਠੇਕੇ 'ਤੇ ਦਿੱਤੀ ਹੈ, ਤੁਹਾਡੀ ਭਾਈ ਰੂਪੇ ਜੇ ਜ਼ਮੀਨ ਹੈ, ਤਾਂ ਫਿਰ ਤੁਸੀਂ 15/4/2014 ਨੂੰ ਜੌਂ ਚੋਰੀ ਦਾ ਪਰਚਾ ਕਿਉਂ ਪਾਇਆ? ਐਡਾ ਵੱਡਾ ਝੂਠ ਬੋਲਿਆ, ਤਖ਼ਤ ਦਾ ਮੈਨੇਜਰ ਹੋਵੇ, ਲੋਕਾਂ ਨੂੰ ਗਲੇ ਲਾਉਣਾ ਸੀ ਅਤੇ ਝੂਠ ਬੋਲ ਕੇ ਪਰਚੇ ਪਾ ਰਿਹਾ, ਜਿਹਦੀ ਤਕਰੀਬਨ 3.5 ਸਾਲ ਹੋ ਗਏ ਸੀ ਤਰੀਕਾ ਭੁਗਤ ਰਹੇ ਹਾਂ। ਹੁਣ ਅਗਲੀ ਮੈਂ ਗੱਲ ਕਰਾਂ, ਇੱਥੇ ਤਕਰੀਬਨ ਆਹ ਜਿਹੜਾ ਸਨੈਪ ਹੈ, ਇਹ 66 ਬੰਦਿਆਂ ਦਾ ਸਨੈਪ ਹੈ। ਬਾਬਾ ਭਾਈ ਰੂਪ ਚੰਦ ਦੀ ਜ਼ਮੀਨ ਨੂੰ ਬਚਾਉਣ ਵਾਸਤੇ ਇਹਨਾਂ ਨੇ ਉੱਦਮ ਔਰ ਉਪਰਾਲਾ ਕੀਤਾ, ਨੌਜਵਾਨ ਵੀਰ ਨੇ ਵਿੱਚ, ਜਿਹਨੇ ਤਕਰੀਬਨ 18-18, 19-19 ਸਾਲ ਦੇ ਅਤੇ 25 ਸਾਲ ਦੇ ਜਿਹੜੇ ਆਪਣੇ ਕੰਮਾਂ ਦੇ ਉੱਤੇ ਸੀ, ਔਰ ਦੂਜੀ ਬੇਨਤੀ ਬਜ਼ੁਰਗ 70 ਸਾਲ ਦੇ, ਜਿਨ੍ਹਾਂ ਦੇ ਉੱਤੇ ਝੂਠਾ ਪਰਚਾ ਪਾ ਕੇ ਇਹਨਾਂ ਨੇ ਇੱਕ ਇਹ ਸੋਚਿਆ ਵੀ ਅਸੀਂ ਬਹੁਤ ਵੱਡੀ ਜੰਗ ਜਿੱਤਣ ਲੱਗੇ ਹਾਂ, ਪਰ ਇਹਨਾਂ ਨੂੰ ਬਾਬੇ ਭਾਈ ਰੂਪ ਚੰਦ ਦਾ ਜਿਹੜਾ ਇਤਿਹਾਸ ਹੈ 385 ਸਾਲ ਪੁਰਾਣਾ, ਉਹਦੇ 'ਤੇ ਕੋਈ ਨਿਗਾਹ ਨਹੀਂ ਮਾਰੀ। ਮੈਂ ਇੱਕ ਪਰਚਾ ਹੋਰ ਦਾਖਲ ਕਰਾਵਾਂ, ਜਿਹੜਾ 18/8/2016 ਨੂੰ ਭਾਈ ਬਲਵਿੰਦਰ ਸਿੰਘ ਬਗੀਚਾ ਨੇ ਇੱਥੋਂ ਤੱਕ ਹਰਕਤ ਕੀਤੀ ਕਿ ਪਰਚੇ FRI ਲਿਖਾਉਣ ਦੇ ਵਿੱਚ ਜਿਹੜੇ ਨਾਂ ਉਹ ਵੀ ਗਲਤ ਲਿਖਵਾਏ ਗਏ। ਦੂਜੇ ਪਾਸੇ ਮੈਂ ਇੱਕ ਬੇਨਤੀ ਕਰਦਾ, ਜੇ ਬਲਵਿੰਦਰ ਸਿੰਘ ਬਗੀਚਾ ਦੇ ਘਰੇ ਜਾ ਕੇ 4 ਜਣਿਆਂ ਦਾ ਉਹਨੇ ਨਾਂ ਪੁਆਇਆ, ਜੇ ਕੋਈ ਅੱਗ ਲਾਉਣ ਗਿਆ, ਸਿੱਖ ਕੌਮ ਨੂੰ ਇਕੱਠਾ ਕਰਕੇ ਭਾਈ ਰੂਪੇ ਦੇ ਵਿੱਚ 71 ਰੱਖਿਆ ਇਕੱਠ ਜਾਵੇ, ਜਿਹਦੇ ਵਿੱਚ 71 ਦੇ ਵਿੱਚ ਭਾਈ ਬਲਵਿੰਦਰ ਸਿੰਘ ਜੀ ਸਹੁੰ ਪਾ ਦੇਣ ਗੁਰੂ ਗ੍ਰੰਥ ਸਾਹਿਬ ਨੂੰ, ਜੇ ਮੰਨਦੇ ਆ ਤਾਂ ਵੀ ਇਹ ਝੂਠ ਬੋਲਦੇ ਆ, ਇਹਨਾਂ ਦਾ ਬਿਲਕੁਲ ਇਹ ਗਲਤ ਹੈ, ਔਰ ਸਾਨੂੰ ਇਹ ਚੈਲੰਜ ਕਰਦੇ ਆ। ਪਰ ਅਸੀਂ ਚੈਲੰਜ ਨਹੀਂ ਕਰਦੇ, ਅਸੀਂ ਗੁਰੂ ਨਾਨਕ ਸਾਹਿਬ ਨੂੰ ਹਾਜ਼ਰ ਨਾਜ਼ਰ ਸਮਝ ਕੇ ਇਹ ਗੱਲ ਕਹਿੰਦੇ ਹਾਂ, ਬਾਬੇ ਭਾਈ ਨੂੰ ਹਾਜ਼ਰ ਨਾਜ਼ਰ ਸਮਝ ਕੇ ਕਿ ਜਿਹੜਾ ਪਰਚਾ ਪੋਇਆ ਝੂਠਾ, ਦੇਖੋ ਕਿੱਡਾ ਝੂਠ ਬੋਲਿਆ। ਇੱਕ ਪਾਸੇ ਬੰਦਾ ਕੀਰਤਨੀ ਹੈ, ਦੂਜੇ ਪਾਸੇ ਬੰਦਾ ਰਾਗੀ ਹੈ, ਇੱਕ ਇਹਦਾ ਢਾਡੀ ਜੱਥਾ ਵੀ ਬਣਿਆ ਹੋਇਆ, ਦੂਜੇ ਪਾਸੇ ਇਹ ਬਾਦਲ ਦੀ ਸਰਕਾਰ ਦੇ ਵਿੱਚ, ਜਿਹਨੂੰ ਪੰਥਕ ਸਰਕਾਰ ਕਹਿੰਦੇ ਆ, ਨਗਰ ਪੰਚਾਇਤ ਭਾਈ ਰੂਪੇ ਦਾ ਮੀਤ ਪ੍ਰਧਾਨ ਵੀ ਹੈ, ਕਿੱਡਾ ਝੂਠ! ਮੈਂ ਸਹੁੰ ਦੇ ਕੇ ਵੀ ਕਹਿ ਸਕਦਾ, ਸੰਗਤਾਂ ਦੇ ਨਾਲ ਇਹ ਗੱਲ ਕਰ ਸਾਬਤ ਕਰ ਸਕਦਾ ਕਿ ਮੈਂ ਭਗਤ ਆਪਣੇ ਕੰਮ 'ਤੇ ਹੈ। ਜਦੋਂ 50 ਤਖਤਾਂ ਦੇ ਜਥੇਦਾਰ ਭਾਈ ਕਿਰਪਾਲ ਸਿੰਘ ਜੀ ਬਡੂਗਰ, ਹੋਰ ਜਥੇਬੰਦੀਆਂ ਭਾਈ ਰੂਪੇ 71 ਤਾਂ ਰੱਖਣਗੀਆਂ, ਇਕੱਠ ਰੱਖਣਗੀਆਂ, ਅਸੀਂ ਸਮਾਂ ਦਿੰਦੇ ਹਾਂ, ਮੈਂ ਉਦੋਂ ਸਾਰੇ ਪ੍ਰੂਫ ਦਿਖਾਊਂਗਾ ਵੀ ਮੈਂ ਕਿੱਥੇ ਕੰਮ 'ਤੇ ਸੀ, ਕਿੱਥੇ ਨਹੀਂ। ਇਹ ਸਿੱਖ ਕੌਮ ਵਾਸਤੇ ਬੇਨਤੀ। ਦੂਜੀ ਗੱਲ, 161 ਕਿੱਲੇ 3 ਮਰਲੇ ਦਾ ਮਸਲਾ, ਭਾਈ ਧਰਮ ਸਿੰਘ ਜੀ ਖਾਲਸਾ ਦਾ ਦੱਸੋ ਇਹਦੇ ਵਿੱਚ ਕੀ ਕਸੂਰ ਸੀ? ਉਹਦਾ ਸ੍ਰੀ ਸਾਹਿਬ ਲਹਾ ਕੇ ਉਹਨੂੰ, ਆਪਾਂ ਸਾਰਿਆਂ ਨੇ ਤਕਰੀਬਨ ਵੀਡੀਓ ਦੇਖੀ ਹੈ, ਇਹ ਗੱਲ ਕਹਿਣ ਨੂੰ ਜੀ ਨਹੀਂ ਕਰਦਾ ਕਿ ਜੇ ਬੰਦਾ ਕਿਸੇ ਪਾਰਟੀ 'ਚ ਉੱਧਰ ਜਾ ਵੜਿਆ ਜਾਂ ਕੋਈ ਉਹ ਗੱਲ ਕਰਦੀ, ਜਾਂ ਜ਼ਮੀਨ ਪਿੰਡ ਦੀ ਬਚਾਉਣ ਦੀ ਗੱਲ ਕੀਤੀ, ਤਾਂ ਉਸ ਬੰਦੇ ਨੂੰ ਨਿਰਵਸਤਰ ਕੀਤਾ ਗਿਆ, ਉਹਦੇ ਕੱਪੜੇ ਲਾ ਕੇ ਉਹਦੀ ਵੀਡੀਓ ਬਣਾਈ ਗਈ। ਜੇ ਕਿਰਪਾਲ ਸਿੰਘ ਜੀ ਬਡੂਗਰ ਸਾਨੂੰ ਇਹ ਗੱਲ ਕਹਿੰਦੇ ਆ ਕਿ ਤੁਸੀਂ ਸੱਚੇ ਹੋ, ਤੁਹਾਡੀ ਗੱਲ ਸੁਣਾਂਗੇ, ਤਾਂ ਉਹਨਾਂ ਬੰਦਿਆਂ ਨੂੰ ਕੀ ਸਜ਼ਾ ਦਿਵਾਉਣੀ ਚਾਹੁੰਦੇ ਆ? ਇਹਨਾਂ ਦੇ ਬੰਦੇ ਵੋਟਾਂ ਤੋਂ ਪਹਿਲਾਂ ਉੱਤੋਂ ਦੀ ਗਾਤਰੇ ਪਾਏ ਹੁੰਦੇ ਆ ਅਤੇ ਸ਼ਰਾਬਾਂ ਦੀਆਂ ਗੱਲਾਂ ਕਰਦੇ, ਸ਼ਰਾਬਾਂ ਵੇਚਦੇ ਆ ਇੱਥੇ। ਦੂਜੇ ਪਾਸੇ ਬਲਵਿੰਦਰ ਸਿੰਘ ਬਗੀਚਾ ਦੀ ਮੈਂ ਦੁਬਾਰਾ ਫਿਰ ਗੱਲ ਕਰਾਂ, ਇੱਕ ਵਾਰੀ ਮਤਨ ਵਹਿਕ ਦੀ ਇਹਨਾਂ ਨੂੰ ਵਾਰਡ ਮਿਲੇ ਨੇ, ਵਤਨ ਵਹਿਕ ਦੀ ਇਹਨਾਂ ਨੂੰ ਵਾਰਡ ਮਿਲੇ, ਇੱਥੋਂ ਪੰਜਾਬੀ ਭਾਸ਼ਾ ਦਾ ਇਹਨਾਂ ਨੂੰ ਵਾਰਡ ਮਿਲਿਆ ਵੈ। ਦੱਸੋ ਕਿੱਡੀਆਂ ਇਹਨਾਂ ਦੀਆਂ ਗਲਤ ਹਰਕਤਾਂ ਨੇ, ਕਿੱਧਰ ਨੂੰ ਜਾਈਏ, ਕੋਈ ਸੁਣਵਾਈ ਨਹੀਂ ਹੋ ਰਹੀ। ਇੱਥੇ ਅੱਜ ਇਹਨਾਂ ਨੂੰ ਇਹ ਤਾਂ ਪਤਾ ਲੱਗ ਗਿਆ ਵੀ ਭਾਈ ਰੂਪੇ ਨਗਰ 'ਚ ਸਾਡੀ ਸ਼੍ਰੋਮਣੀ ਕਮੇਟੀ ਦੀ 161 ਕਿੱਲੇ 3 ਮਰਲੇ ਜ਼ਮੀਨ ਤਾਂ ਪਈ ਹੈ। ਦੂਜੇ ਪਾਸੇ ਤਖ਼ਤ ਦੇ ਜਥੇਦਾਰਾਂ ਨੂੰ ਅਸੀਂ ਚਿੱਠੀਆਂ ਪਾ ਚੁੱਕੇ ਹਾਂ, ਕੋਈ ਪਤਾ ਨਹੀਂ ਲੱਗਿਆ, ਕੋਈ ਸੁਣਵਾਈ ਨਹੀਂ ਹੋਈ। ਅਸੀਂ ਇਹ ਕਿਹਾ ਕਿ 71 ਕਰ ਲੈਣ ਨਗਰ ਦਾ ਇਕੱਠ, ਅਤੇ ਉੱਥੇ ਸਾਨੂੰ ਬੁਲਾ ਕੇ ਆਪਾਂ ਦੋਨੇ ਧਿਰਾਂ ਉੱਧਰੋਂ ਤੁਸੀਂ ਆਹਮੋ ਸਾਹਮਣੇ ਬੈਠ ਜਾਂਗੇ, ਉਹ ਆਪਦੇ ਪ੍ਰੂਫ ਪੇਸ਼ ਕਰ ਦੇਣ ਵੀ ਇਹਨਾਂ ਕੋਲ ਕੀ ਬੋਤਲਾਂ ਸੀ ਤੇਲ ਦੀਆਂ, ਇਹ ਘਰ ਨੂੰ ਅੱਗ ਲਾਉਣਾ ਸੀ ਜਾਂ ਨਹੀਂ ਲਾਉਣਾ ਸੀ, ਨਹੀਂ ਅਸੀਂ ਸਾਬਤ ਕਰਾਂਗੇ ਅਸੀਂ ਕਿੱਥੇ ਸੀ। ਦੂਜੀ ਬੇਨਤੀ, 15/4/14 ਦੀ ਗੱਲ ਜਗਪਾਲ ਸਿੰਘ ਦਾਤੇਵਾਸ ਦੀ ਚੱਲੀ ਸੀ, ਉਹ ਵਿੱਚ ਥੋੜ੍ਹੀ ਜਿਹੀ ਰਹਿ ਗਈ ਸੀ, ਮੈਂ ਦੁਬਾਰਾ ਫਿਰ ਰਿਪੀਟ ਕਰਦਾ ਕਿ ਅਸੀਂ, ਮੈਂ ਹਰਜਿੰਦਰ ਸਿੰਘ ਭਾਈ ਰੂਪਾ, ਮੈਂ UP ਦੇ ਵਿੱਚ ਗਿਆ ਹੋਇਆ ਸੀ ਜਿੱਥੇ ਇਹਨਾਂ ਨੇ ਐਡਾ ਝੂਠ ਬੋਲਿਆ ਜੌਂ ਚੋਰੀ ਦੇ ਪਰਚੇ ਦਾ, 3.5 ਸਾਲ ਹੋ ਕੇ ਤਰੀਕਾਂ ਭੁਗਤ ਰਹੇ ਹਾਂ। ਉਹਨਾਂ ਨੇ ਇਹ ਨਹੀਂ ਸੋਚਿਆ ਕਿ ਸਿੱਖ ਕੌਮ ਦੇ ਵਿੱਚੋਂ ਅਸੀਂ ਲੋਕਾਂ ਨੂੰ ਨਾਰ ਲਾਉਣਾ ਹੈ, ਸਿੱਖਾਂ ਨੂੰ ਨਾਰ ਲਾਉਣਾ ਹੈ, ਗਾਤਰੇ ਲਾ ਕੇ ਬੰਦਿਆਂ ਨੂੰ ਨੰਗੇ ਕਰ ਰਹੇ ਹੈ। ਇੱਕ ਬੇਨਤੀ ਫਿਰ ਲੈ ਕੇ ਆਵਾਂ ਮੈਂ, ਸਾਡੇ 'ਤੇ ਪਰਚਾ ਪਵਾ ਦਿੱਤਾ ਗਿਆ,